ਕੱਲੇ ਇਸ ਜ਼ੀਰੇ ਇਲਾਕੇ ਦੇ ਨਹੀਂ, ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ, ਵੱਖ ਵੱਖ ਪਿੰਡਾਂ ਸ਼ਹਿਰਾਂ ਤੋਂ, ਕਸਬਿਆਂ ਤੋਂ ਆਏ ਹੋਏ ਇੱਕ ਕਰੀਮ ਹੈ ਜੇ ਆਪਾਂ ਕਹਿ ਦਈਏ, ਜੋ ਪਹੁੰਚੇ ਆ ਇੱਥੇ ਦਿਲੋਂ ਦਰਦ ਲੈ ਕੇ ਆਏ ਹੋਏ ਸਮੂਹ। ਮੇਰੇ ਪਿਆਰੇ ਦਰਦੀਓ, ਸਭ ਤੋਂ ਪਹਿਲਾਂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਫਤਿਹ ਦੇ ਵਿੱਚ ਪਾਈਏ ਸਾਂਝ। ਜੇ ਫਤਿਹ ਦੀ ਗੂੰਜ ਹੋਊਗੀ ਤਾਂ ਹੀ ਜੜ੍ਹਾਂ ਹਿੱਲਣਗੀਆਂ ਦਿੱਲੀ ਸਰਕਾਰ ਦੀਆਂ, ਕਿਉਂਕਿ ਜਿੱਥੇ ਆਪਾਂ ਸਿੱਖੀ ਪਹਿਰਾਵੇ ਦੇ ਵਿੱਚ ਗੁਜ਼ਰਦੇ ਹਾਂ ਨਾ, ਅਤੇ ਸੱਚ ਚੁੱਭਦਾ ਹੈ। ਗੱਜ ਵੱਜ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੀ ਹਾਜ਼ਰੀ ਬੇਸ਼ੱਕ ਅਸੀਂ ਕਹਿੰਦੇ ਹੁੰਦੇ ਨਾ ਵੀ ਲੱਗੇ, ਪਰ ਕੌਮ ਦੇ ਨਿਧੜਕ ਯੋਧੇ ਆਪ ਜੀ ਨੂੰ ਪਤਾ ਹੀ ਹੈ ਕਿ ਜੋ ਨਾਨਕ ਸਾਹਿਬ ਮੂਲ ਕੈਲੰਡਰ ਦੀ ਖਾਤਰ ਆਪਣਾ ਅਹੁਦਾ ਵੀ ਤਿਆਗ ਦਿੱਤਾ। ਮੇਰੇ ਕਹਿਣ ਦੀ ਮੁਰਾਦ ਹੈ, ਗਿਆਨੀ ਸਿੰਘ ਸਾਹਿਬ ਬਲਵੰਤ ਸਿੰਘ ਜੀ ਆਨੰਦਗੜ੍ਹ ਜੀ, ਕੁਝ ਕੁ ਦਿਨ ਪਹਿਲਾਂ ਹੀ ਅਸੀਂ ਜਾ ਕੇ ਆਏ ਹਾਂ ਉਹਨਾਂ ਕੋਲ। ਉਹਨਾਂ ਦੀ ਸਰੀਰਕ ਅਵਸਥਾ ਚੱਲਣ ਯੋਗ ਨਹੀਂ ਹੈ, ਬਿਮਾਰ ਹੈ, ਚੱਲ ਨਹੀਂ ਸਕਦੇ। ਉਹਨਾਂ ਦਾ ਮਨ ਤਾਂ ਕਰਦਾ ਕਿ ਜਿੱਥੇ ਵੀ ਕੋਈ ਸਾਡੀ ਕੌਮ 'ਤੇ ਭੀੜ ਪੈਂਦੀ ਹੈ, ਸਾਡੇ ਪੰਜਾਬ ਵਾਸੀਆਂ ਦੇਸ਼ ਵਾਸੀਆਂ ਦੀ ਭੀੜ ਪਾਉਂਦੀ ਹੈ, ਅਸੀਂ ਬਿਨਾਂ ਬੁਲਾਇਆ ਹੀ ਪਹੁੰਚ ਗਏ ਅਤੇ ਉਹਨਾਂ ਨਾਲ ਅਸੀਂ ਹਰ ਇੱਕ ਗੱਲ ਸਾਂਝੀ ਕਰਦੇ ਹਾਂ। ਜਿਵੇਂ ਪਹਿਲਾਂ ਹੋਰ ਵੀ ਬਹੁਤ ਬੁਲਾਰੇ ਬੋਲ ਕੇ ਗਏ ਹੈ, ਆਪੋ ਆਪਣੇ ਵਿਚਾਰ ਰੱਖਣ ਦਾ ਸਾਡਾ ਫਰਜ਼ ਬਣਦਾ। ਸੋ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਵਿੱਚ ਜੋ ਸੌਦਾ ਨਹੀਂ ਵਿਕਦਾ, ਜਿਹੜੀ ਚੀਜ਼ ਦੀ ਸਾਨੂੰ ਲੋੜ ਨਹੀਂ ਹੈ, ਉਹ ਕਦੇ ਦੁਕਾਨ ਖੁੱਲ੍ਹੀ ਦੇਖੀ ਆਪਾਂ? ਆਪਣੇ ਨਗਰ ਦੇ ਵਿੱਚ ਹੁਣ ਬਿਹਾਰ ਦੇ ਵਿੱਚ ਇਡਲੀ ਹੈ, ਡੋਸਾ ਹੈ, ਚੱਲਦਾ ਸਾਊਥ ਦੇ ਵਿੱਚ, ਦੁਕਾਨਾਂ ਖੁੱਲ੍ਹੀਆਂ, ਆਪਣੇ ਪਿੰਡ 'ਚ ਕਿਉਂ ਨਹੀਂ ਖੁੱਲ੍ਹ ਗਈ? ਜ਼ਬਰਦਸਤੀ ਵੀ ਨਹੀਂ ਖੁੱਲ੍ਹ ਸਕਦਾ ਨਾ, ਜਦੋਂ ਕੋਈ ਖਰੀਦੂਗਾ ਨਹੀਂ ਉਸ ਨੂੰ ਤਾਂ ਕਿਵੇਂ ਖੁੱਲ੍ਹ ਜੂਗੀ? ਦੂਸਰੀ ਗੱਲ, ਜੇ ਅਸੀਂ ਸਾਡੀ ਡਿਮਾਂਡ ਜ਼ਿਆਦਾ, ਅਸੀਂ ਪੈਗਾਂ ਦੇ ਨਾਮ ਵੀ ਅਸੀਂ ਜ਼ਿਲ੍ਹਿਆਂ ਦੇ ਨਾਮ 'ਤੇ ਰੱਖ ਲਏ, ਪਟਿਆਲਾ ਸ਼ਾਹੀ, ਕੀ ਗੱਲ? ਇਹ ਸਾਡੇ ਲਈ ਮਾਣ ਵਾਲੀ ਗੱਲ ਹੈ? ਨਹੀਂ ਪਿਆਰੇ, ਉਹ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨਸਲ ਨੂੰ ਖਤਮ ਕਰਨ ਵਾਲੀ ਗੱਲ ਹੈ। ਅਸੀਂ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਜੇ ਅਸੀਂ ਕੋਈ ਖੁਸ਼ੀ ਗਮੀ ਦੇ ਵਿੱਚ ਕੋਈ ਪ੍ਰੋਗਰਾਮ ਕਰਾਉਣੇ ਹੈ, 200-400 ਰੁਪਈਏ ਪਿੱਛੇ ਜਿਰਾ ਕਰਦੇ ਹਾਂ ਬਿਰਲਿਆਂ ਨੂੰ ਛੱਡ ਕੇ, ਬਈ ਤੂੰ ਜ਼ਿਆਦਾ ਲੈ ਲਏ। ਪਰ ਜਦੋਂ ਅਸੀਂ ਪੈਲਸ ਬੁੱਕ ਕਰਾਉਣੇ ਹੈ, ਇੱਕ ਗੱਲ ਗੌਰ ਰੱਖਿਓ, ਜਦੋਂ ਪੈਲਸ ਬੁੱਕ ਕਰਾਉਣੇ ਹੈ, ਸ਼ਰਾਬ ਦਾ ਪਰਮਿਟ ਲੈਣ ਲਈ 10-10 ਹਜ਼ਾਰ ਦਾ ਅਸੀਂ ਸਰਕਾਰਾਂ ਨੂੰ ਟੈਕਸ ਭਰ ਕੇ ਉੱਥੇ ਮਨਜ਼ੂਰੀ ਲੈਂਦੇ ਹਾਂ ਪੈਲਸਾਂ ਦੇ ਵਿੱਚ। ਨਹੀਂ ਤਾਂ ਪੈਲਸਾਂ ਵਾਲੇ ਕਹਿੰਦੇ ਵੀ ਜ਼ਿੰਮੇਵਾਰ ਤੁਸੀਂ ਹੋਵੋਗੇ ਜੇ ਉੱਤੋਂ ਕੋਈ ਪ੍ਰਸ਼ਾਸਨ ਨੇ ਛਾਪਾ ਮਾਰ ਲਿਆ। ਫਿਰ ਇੱਕ ਪਿੱਛੇ ਜੇ ਇੱਕ ਵੀਡੀਓ ਆਈ ਸੀ, ਇੱਕ ਮੇਰੇ ਕਿਸਾਨ ਵੀਰ ਦੇ ਬੱਚੇ ਤੋਂ ਜਾਣੇ ਅਣਜਾਣੇ, ਚਲੋ ਉਹਨੇ ਵੀਡੀਓ ਬਣਾਈ ਸੀ, ਇੱਕ ਬੋਰ ਦੇ ਵਿੱਚ ਯੂਰੀਆ ਪਾਉਂਦਾ ਸੀ, ਆਪਾਂ ਦੇਖਿਆ ਸੀਗਾ, ਯੂਰੀਆ ਪਾਈ ਸੀ ਉਹਨੇ ਡਾਇਰੈਕਟ ਬੋਰ ਦੇ ਵਿੱਚ, ਚਲੋ ਜਾਣੇ ਅਣਜਾਣੇ ਅਣਜਾਣੇ, ਉਹ 'ਤੇ ਪਰਚਾ ਹੋ ਗਿਆ, ਨਾਲ ਦੀ ਨਾਲ ਪੁਲਿਸ ਪਹੁੰਚ ਗਈ ਦੂਜੇ ਦਿਨ ਵੀਡੀਓ ਦੇਖ ਕੇ ਵੀ ਇਹਨੇ ਚੱਲਦੇ ਆਮ ਬੋਰ ਦੇ ਵਿੱਚ ਯੂਰੀਆ ਪਾਈ ਹੈ, ਇਹਨੇ ਪਾਣੀ ਦੇ ਵਿੱਚ ਧਰਤੀ ਦੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਹੈ। ਕੀ ਹੁਣ ਦੀਆਂ ਸੈਂਟਰ ਸਰਕਾਰਾਂ ਨੂੰ, ਸਟੇਟ ਸਰਕਾਰਾਂ ਨੂੰ ਆਹ ਜੋ ਪਾਣੀ ਪ੍ਰਦੂਸ਼ਿਤ ਹੋ ਰਿਹਾ, ਆਹ ਜੋ ਨੇੜੇ ਨੇੜੇ ਪਿੰਡਾਂ ਦੇ ਵਿੱਚ ਜ਼ਹਿਰ ਫੈਲਾਈ ਜਾ ਰਹੀ ਹੈ, ਕੀ ਇਹਨਾਂ ਨੂੰ ਪਤਾ ਨਹੀਂ ਹੈ? ਕਿਉਂਕਿ ਇਹ ਸਰਕਾਰਾਂ ਚੱਲਦੀਆਂ ਹੀ ਦੀਪ ਮਲਹੋਤਰੇ ਵਰਗੇ ਵੱਡੇ ਵੱਡੇ ਰਹੀਸ਼ ਅਡਾਨੀ ਅਵਾਨੀ ਦੇ ਸਿਰ 'ਤੇ ਚੱਲਣ ਵਾਲੀਆਂ, ਫਿਰ ਪੰਥਕ ਆਉਣ ਵਾਲੀਆਂ ਸਰਕਾਰਾਂ। ਦਾਸ ਦੀ ਦਿੱਲੀ ਡਿਊਟੀ ਸੀ, ਹਰਿਆਣੇ ਦੇ ਵਿੱਚ ਸ਼ਰਾਬ ਬੰਦ ਹੋਈ ਸੀ 5 ਸਾਲ, ਬਿਹਾਰ ਦੇ ਵਿੱਚ ਸ਼ਰਾਬ ਬੰਦ ਹੋਈ 5 ਸਾਲ, ਬਿਲਕੁਲ ਸਰਕਾਰਾਂ ਨੇ ਐਲਾਨ ਕਰਤਾ ਸੀ ਕਿ ਇਸ ਸਟੇਟ ਦੇ ਵਿੱਚ ਬਿਲਕੁਲ ਦਾਰੂ ਦਾ ਠੇਕਾ ਨਹੀਂ ਹੋਊਗਾ, ਬੰਦ ਹੈ, ਬਾਈਕਾਟ ਬਿਲਕੁਲ ਸਰਕਾਰਾਂ ਵੱਲੋਂ ਆਦੇਸ਼ ਸੀ। ਮੈਨੂੰ ਤਾਂ ਲੱਗਦਾ ਨਹੀਂ ਪੰਥ ਸਰਕਾਰਾਂ ਘਾਉਣ ਵਾਲਿਆਂ ਦੇ ਜ਼ਿਲ੍ਹਿਆਂ 'ਚ ਸੋਚ ਆਈ ਹੋਵੇ। ਇੱਕ ਫਿਰੋਜ਼ਪੁਰ, ਇੱਕ ਸਾਨੂੰ ਅਫਸਰ ਨਾਲ ਗੱਲ ਹੋਈ, ਉਹ ਅਫਸਰ ਦੱਸ ਰਿਹਾ ਸੀ, ਕਹਿੰਦਾ ਅਸੀਂ ਬਾਦਲ ਨੂੰ ਕਿਹਾ ਸੀ, ਮੈਂ ਸਾਹਿਬ ਨਹੀਂ ਕਹੂੰਗਾ ਬਿਲਕੁਲ ਵੀ, ਉਹਨੇ ਤਾਂ ਸਾਹਿਬ ਕਹਿ ਕੇ ਚਿਤਾਰਿਆ ਸੀ, ਮੈਂ ਨਹੀਂ ਸਾਹਿਬ ਕਹੂੰਗਾ, ਸਾਡਾ ਸਾਹਿਬ ਇੱਕ ਹੈ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਾਂ ਗੁਰਮੁਖ ਪਿਆਰੇ ਸਾਡੇ ਲਈ ਸਾਹਿਬ ਹੈ, ਜੋ ਗੁਰੂ ਦੀ ਲੀਹ 'ਤੇ ਚੱਲਦੇ ਹੈ, ਜਾਗਦੀਆਂ ਜ਼ਮੀਰਾਂ ਵਾਲੇ ਸਾਡੇ ਲਈ ਸਾਹਿਬ ਹੈ, ਮਰੀਆਂ ਜ਼ਮੀਰਾਂ ਵਾਲੇ ਨੂੰ ਸਾਡਾ ਸਾਹਿਬ ਕਹਿਣ ਨੂੰ ਜੀ ਨਹੀਂ ਕਰਦਾ। ਉਹ ਕਹਿੰਦਾ ਅਸੀਂ ਬਾਦਲ ਨੂੰ ਕਿਹਾ ਸੀ ਵੀ ਜੇ ਤੂੰ ਇਸੇ ਤਰ੍ਹਾਂ ਛਾਏ ਰਹਿਣਾ, ਅੱਗੇ ਰਾਜ ਕਰਨਾ ਪੰਜਾਬ ਦੇ ਵਿੱਚ। ਬੜੀ ਉਹ ਸੁਲਝੀ ਹੋਈ ਹਸਤੀ ਸੀ, ਮੈਨੂੰ ਨਾਮ ਵਿਸਰ ਗਿਆ,
भी पंजाब दे विच तमाकू ते शराब दा बाइकाट कर दे ते तेरा अगे तो अगे ही राह चली जाऊगा। तो हस के कहिंदा साडा तां सरकारां ही इहदे सिर ते चलदियां, इह इहनां नूं भुलेखा है। ओ इह शराब दे सिर ते सोचण वाले भी सरकारां चलदियां, आओ मारे भड़का के पंजाब दे लोकां नूं भगा के मारे। ये प्यारे साडा पंजाब, साडे पंजाब वासी, ये अकाल पुरख धन साहब श्री गुरु ग्रंथ साहब महाराज वाहेगुरु के सहारे चल रहे हैं, ना कि किसी शराब के सहारे चल रहे हैं। फिर ज़्यादा डिमांड है साड़ी तां ये लगदियां हैं। पहला भी बुलारे बोल चुके, समय मैं ज़्यादा नहीं लेना, आपां पारण करके घर के विचों इस दुष्ट कातल नूं कढ गए। हुण एक आपां छोटी जी गल करके मैं माफ़ी मंगूंगा, जे साडे खानदान दे विचों किसी भैन भरा का कोई कातल कर दिंदा जां लड़ाई दे विच दुश्मनी दे विच मार दिंदा, तो असीं सत्त पीढ़ियां तक दुश्मनी भुलदे नहीं, याद रखियो। जे कोई साडे ते जुल्म करदा है, सानू कोई मारदा है, सानू कोई शहीद कर दिंदा है, असीं दुश्मनी नहीं भुलदे। 28 सालां तक, 20 सालां तक जाके बदला लैणा, लंडन तक जाके बदले लै ले। भाई जगराज सिंह वर्गे, समराला वर्गिया ने रवैरो तो जा जाके देशों विदेशों च बदले ले ले। हुण मैं कहना की चाहना, सोचो साडे जे खानदान दे विच शराब पी के जदों साडे मां बाप की किसी ना किसी की डैथ होंदी है, असीं क्यों नहीं कहिंदे कि असीं इस कलैणी शराब तो, इस कलैणी शराब तो, उस कातल शराब तो जिन्हें साडियां मावां दे पुत खोले, जिन्हें साडे भैणां दे पति खोले, जिन्हें साडे बच्चियां दे बाप खोले, होया ना लीवर खराब हो गया, इस तरह हो गया, चढ़ती जवानी च डैथ होंदी है शराब नाल, जहरीली शराब नाल। उदों क्यों नहीं असीं पिंडां दे विच पंचायतां च मते पाउंदे कि इह साडे लई कातल है, असीं पिंड दे विच जू दे विच शराब नहीं वंड देनी। साडे बच्चियां दा कातल, साडे पति दा कातल, इह शराब असीं बाइकाट करदे हां। आपां गल्लां दा कर लैंदे हां वी साडे फलाने खानदान दे विच इन्ने बंदे शराब नाल चढ़ाई कर गए, फलाना शराब नाल चढ़ाई कर गया, पर कदे इहनूं असीं कातल समझिया वी इह साडे लई कातल है, साडे लई कातल है इह, ये शराब। उन्हां घरां नूं जाके पुछो जिन्हां घरां विच दीवे बुझ गए है। सो इन्नियां बेनतियां करदिया होया मैं मुआफ़ी मंगदा हाँ जी। तो अगे तो आपां जिवें पहलां भी बुलारे बोल के गए है, घरां दे विच इह तहैया मेरियां भैणां नूं करना पैणा है, मेरियां मावां नूं करना पैणा है। तो घरां दे विच जे आपां वीरवार नूं बाबा कह देना, कि झूठा जिहा जिहड़ा आपां सियाणा कह दिंदे हां, कख नहीं आउंदा उहनूं, वीरवार नूं घरे शराब नहीं बण देनी, तो असीं हाए हाए। फिर आपदा उहदा पति परमेश्वर भी दूजे घरे जाके सौंदा, वीरवार नूं मैं घरे नहीं जाणा, है ना सही गल। मंगलवार से भी बोर्ड ला दें बड़ा लिख के, असी बोर्ड लाइए घर के मूहरे, धन साहब श्री गुरु ग्रंथ साहब महाराज तो सीध लैके कि साडे घर तमाकू शराब नशा इस तरह दियां कातल चीजा घरे आउणियां सख्त मना है। सो सत श्री अकाल। सो इनियां बेनतियां प्रवान करियो जी, कोई बोलदिया होया किसी की सान के खिलाफ बोलिया गया हो, हाँ मरी हुई जमीर के खिलाफ बोलिया हो, मैं माफ़ी नहीं मंगूंगा। गुरमुखां दे शान दे खिलाफ कोई बोला गया होवे तां भुल चुक माफ़ कर देना जी। वाहिगुरु जी का खालसा, वाहिगुरु जी की फतेह।